सेवा दसो मेरा भरा की दसा तरनतारन कोर्ट दे विच दो सरकारी मुलाजमां दे वल्लों केस दी जो जजमेंट कॉपी सी ओह देण दे लई 3000 दी रिश्वत मंगी जांदी है। फिर गलबात जिहड़ी है ओह 500 रुपए दे विच तय हुंदी है कि 500 रुपए दी रिश्वत जिहड़ी है ओह लई जाएगी। एक स्टिंग ऑपरेशन कीता गया जिस दे विच साफ तौर ते जिहड़े सरकारी मुलाजम ने पहलां 3000 दी मंग करदे होए देखे जा सकदे हैं ते उस तों बाद 500 रुपए लै के उस मामले नूं रफा दफा करन दी कोशिश करदे ने। हालांकि केस ते जजमेंट कॉपी जिस दे कोई पैसे भी नहीं लगदे कोई भी शख्स उस नूं जाके लै सकदा है ओह मुफ्त दे विच हुंदी है। उस जजमेंट कॉपी नूं देण दे लई 3000 दी रिश्वत दी मंग कीती गई। ਤੁਹਾਡੀ ਕਾਪੀ ਭਾਈ ਆਪਣੀ ਅੱਛਾ रुपया 500 वे लो ना करो भरा रिश्वतखोरी खिलाफ पंजाब सरकार सख्त है, दूसरे पास सरकारी मुलाजम कोर्ट दे विच खड़ के रिश्वत लैंदे ने। ਦੇਖੋ ਸ਼ਵੇਤਾ ਜੀ, ਜਿਵੇਂ ਤੁਸੀਂ ਜਾਣਦੇ ਕਿ ਪੰਜਾਬ ਸਰਕਾਰ ਸੂਬੇ ਦੇ ਵਿੱਚ ਰਿਸ਼ਵਤਖੋਰੀ ਨੂੰ ਖਤਮ ਕਰਨ ਦੇ ਜਿਹੜੇ ਦਾਅਵੇ ਕਰ ਰਹੀ ਹੈ, ਪਰ ਜੇ ਹਕੀਕਤ ਵੇਖੀ ਜਾਵੇ ਤਾਂ ਉਸਦੇ ਨੱਕ ਦੇ ਹੇਠਾਂ ਹੀ ਰਿਸ਼ਵਤਖੋਰੀ ਦਾ ਜਿਹੜਾ ਗੁਰਖ ਧੰਦਾ ਪੂਰੇ ਜ਼ੋਰਾਂ ਦੇ ਨਾਲ ਚੱਲ ਰਿਹਾ। ਇਸੇ ਜਿਹੜੀਆਂ ਤਸਵੀਰਾਂ ਅਸੀਂ ਦੇਖ ਰਿਹਾ ਹੈ ਤੇ ਤਰਨਤਾਰਨ ਕੋਰਟ ਦੀਆਂ ਨੇ, ਜਿੱਥੇ ਕਿ ਇੱਕ ਜਜਮੈਂਟ ਦੀ ਕਾਪੀ ਲੈਣ ਲਈ ਉਸ ਤੋਂ ਪਹਿਲਾਂ ਉੱਥੇ ਕੰਮ ਕਰਦੇ ਮੁਲਾਜ਼ਮ ਵੱਲੋਂ 3000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ। ਬਾਅਦ ਦੇ ਵਿੱਚ ਜਿਹੜਾ ਰੇਟ ਉਸ ਵੱਲੋਂ ਘਟਾ ਦਿੱਤਾ ਜਾਂਦਾ ਔਰ ਪੈਸੇ ਲੈਣ ਤੋਂ ਬਾਅਦ ਜਜਮੈਂਟ ਦੀ ਕਾਪੀ ਜਿਹੜੀ ਆ ਉਹ ਸੌਂਪ ਦਿੱਤੀ ਜਾਂਦੀ। ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਵੱਡਾ ਸਕੈਂਡਲ ਜਿਹੜਾ ਨਿਕਲ ਕੇ ਸਾਹਮਣੇ ਆਇਆ, ਕਿਉਂਕਿ ਇੱਕ ਸਿੰਪਲ ਮੁਲਾਜ਼ਮ ਹੈ ਜਿਸਦੀ 60-70 ਹਜ਼ਾਰ ਰੁਪਇਆ ਸਰਕਾਰੀ ਮੁਲਾਜ਼ਮ ਦੀ ਤਨਖਾਹ ਹੁੰਦੀ ਹੈ, ਪਰ ਇਸਦੇ ਬਾਵਜੂਦ ਵੀ ਜਿਹੜੇ ਇਹਨਾਂ ਦੇ ਢਿੱਡ ਨਹੀਂ ਭਰਦੇ ਔਰ ਲਗਾਤਾਰ ਇਹ ਲੋਕੀ ਜਿਨ੍ਹਾਂ ਨੂੰ ਲੋੜ ਹੁੰਦੀ ਹੈ ਉਹਨਾਂ ਦੇ ਕੋਲੋਂ ਰਿਸ਼ਵਤ ਦੀ ਮੰਗ ਕਰਦੇ ਨੇ ਔਰ ਇੱਕ ਜਜਮੈਂਟ ਦੀ ਕਾਪੀ ਦੇਣ ਦੇ ਬਦਲੇ ਮਹਿਜ਼ ਜਿਹੜੀ ਕਿ ਇੱਕ ਫ੍ਰੀ ਮਿਲ ਸਕਦੀ ਹੈ ਉਸਦੇ ਬਦਲੇ ਇਹਨਾਂ ਵੱਲੋਂ 3000 ਰੁਪਇਆ ਰਿਸ਼ਵਤ ਦੀ ਮੰਗ ਜਿਹੜੀ ਕੀਤੀ ਗਈ ਹੈ। ਜੀ ਸਰਵਨ, ਇਹਨਾਂ ਮੁਲਾਜ਼ਮਾਂ ਦੇ ਖਿਲਾਫ ਕੋਈ ਕਾਰਵਾਈ ਹੋ ਰਹੀ ਹੈ? ਕਿਉਂਕਿ ਵੀਡੀਓ ਤਾਂ ਸਾਹਮਣੇ ਆ ਚੁੱਕੀ ਹੈ, ਸਾਫ਼ ਤੌਰ ਤੇ ਨਜ਼ਰ ਵੀ ਆ ਰਿਹਾ ਸਭ ਕੁਝ, ਕੀ ਕਾਰਵਾਈ ਕੋਈ ਹੋ ਰਹੀ ਹੈ? ਬਿਲਕੁਲ ਸ਼ਵੇਤਾ ਜੀ, ਪੁਲਿਸ ਦੇ ਗੱਲ ਨਾਲ ਇਸ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਸੀ। ਉਹਨਾਂ ਦਾ ਕਹਿਣਾ ਹੈ ਕਿ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਜਿਹੜੇ ਮੁਲਾਜ਼ਮ ਪਹਿਚਾਣ ਕੇ ਇਹਨਾਂ ਦੇ ਖਿਲਾਫ ਜੋ ਵੀ ਬਣਦੀ ਇਸ ਕਾਨੂੰਨੀ ਕਾਰਵਾਈ ਹੋਵੇਗੀ ਜ਼ਰੂਰ ਕੀਤੀ ਜਾਵੇਗੀ। ਜੀ ਠੀਕ ਹੈ, ਸ਼ੁਕਰੀਆ ਸਰਵਨ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਸਾਡੇ ਸਹਿਯੋਗੀ ਇਸ ਪੂਰੇ ਮਾਮਲੇ ਜਾਣਕਾਰੀ ਦੇ ਰਹੇ ਸੀ ਕਿ ਪੁਲਿਸ ਮੁਲਾਜ਼ਮਾਂ ਦੇ ਨਾਲ ਵੀਡੀਓ ਸਾਂਝੀ ਕਰ ਦਿੱਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਜ਼ਰੂਰ ਕੀਤੀ ਜਾਵੇਗੀ। ਆਪਣੇ ਆਪ ਦੇ ਵਿੱਚ ਸ਼ਰਮਨਾਕ ਵੀ ਹੈ ਤੇ ਆਪਣੇ ਆਪ ਦੇ ਵਿੱਚ ਹੈਰਾਨ ਕਰ ਦੇਣ ਵਾਲਾ ਵੀ ਹੈ ਕਿ ਕੋਰਟ ਦੇ ਵਿੱਚ ਹੀ ਜਿੱਥੋਂ ਇਨਸਾਫ ਮਿਲਣ ਦੀ ਉਡੀਕ ਹੁੰਦੀ ਹੈ, ਇਨਸਾਫ ਮਿਲਣ ਦੀ ਉਮੀਦ ਹੁੰਦੀ ਹੈ, ਉੱਥੇ ਹੀ ਖੜ ਕੇ ਸਰਕਾਰੀ ਮੁਲਾਜ਼ਮ ਜਿਹੜੇ ਨੇ ਉਹ ਰਿਸ਼ਵਤ ਦੀ ਮੰਗ ਕਰਦੇ ਨੇ। 3000 ਰੁਪਏ ਦੀ ਰਿਸ਼ਵਤ ਮੰਗੀ ਜਾਂਦੀ ਹੈ, ਜਿਸ ਤੋਂ ਬਾਅਦ 500 ਰੁਪਏ ਦੇ ਵਿੱਚ ਮਾਮਲਾ ਰਫਾ ਦਫਾ ਕਰ ਲਿਆ ਜਾਂਦਾ ਹੈ ਤੇ ਤਮਾਮ ਜਿਹੜੀਆਂ ਤਸਵੀਰਾਂ ਨੇ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਦੇਖਣਾ ਹੋਵੇਗਾ ਕਿ ਹੁਣ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ। ਤੁਹਾਡੀ ਕਾਪੀ ਭਾਈ ਆਪਣੀ ਅੱਛਾ रुपया 500 वे लो ना करो भरा 5000